ਇੱਕ ਮਸਲਾ ਕੁਮਰ ਵਿਜੇ ਪ੍ਰਤਾਪ ਨੇ ਫੇਰ ਉਠਾਇਆ ਉਹਨਾਂ ਨੇ ਆਪ ਵੀ ਉਸ ਸੱਟ ਦਾ ਹਿੱਸਾ ਰਹੇ ਕਿ ਬੇਅਦਬੀ ਤੇ ਗੋਲੀ ਕਾਂਡ ਦੇ ਮਸਲੇ ਦੇ ਵਿੱਚ ਜਿਹੜੀ ਜਾਂਚ ਚੱਲ ਰਹੀ ਸੀ ਉਹਨਾਂ ਨੇ ਅੱਜ ਫੇਰ ਕਿਹਾ ਪਕੌੜਿਆਂ ਤੱਕ ਦੀਆਂ ਗੱਲਾਂ ਹੋਈਆਂ ਵੱਡੇ ਵੱਡੇ ਸਿਆਸਦਾਨਾਂ ਦੇ ਫੇਰ ਨਾਮ ਲਏ ਔਰ ਇਸ ਦੇ ਮਸਲੇ ਤੋਂ ਉੱਤੇ ਵੀ ਸਰਕਾਰ ਕੁਝ ਕਰ ਨਹੀਂ ਸਕੀ ਖਾਸ ਦੇਖੋ ਅੱਜ ਕੁਮਰ ਵਿਜੇ ਪ੍ਰਤਾਪ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾਗਾ ਜਿੱਤਾਂ ਐਸ ਇਸ ਬੱਚਿਆਂ ਦੀ ਜਿਹੜੇ ਸਕਾਲਰਸ਼ਿਪ ਤੇ 7 ਸਾਲ ਤੋਂ ਸਿਆਸਤ ਹੁੰਦੀ ਰਹੀ ਨਾ ਜੀ ਗੁਰੂ ਸਾਹਿਬ ਜੀ ਦੇ ਬੇਅਦਬੀ ਮਸਲਾ ਤੇ ਗੋਲੀ ਕਾਂਡਤ ਨੂੰ ਵੀ 7 ਸਾਲ ਹੋ ਗਏ ਨੇ ਕੁਮਰ ਵਿਜੇ ਪ੍ਰਤਾਪ ਨੇ ਇਹ ਕਿਹਾ ਕਿ 7 ਸਾਲ ਹੋ ਗਏ ਨੇ 1.5 ਕਿ ਸਾਲ ਉਹਨਾਂ ਦਾ ਅਕਾਲੀਆਂ ਦਾ ਕਿਉਂਕਿ 2015 ਦੇ ਵਿੱਚ ਹੋਇਆ ਸੀ ਅਕਤੂਬਰ ਦੇ ਵਿੱਚ ਤੇ 5 ਸਾਲ ਕੈਪਟਨ ਮਰਿੰਦਰ ਸਿੰਘ ਤੇ ਚੈਲੰਜਸ ਚੰਨੀ ਦੇ ਤੇ 6 ਮਹੀਨੇ 7 ਸਾਲ ਹੋ ਗਏ 7 ਸਾਲ ਦੇ ਇਸ ਮਸਲੇ 'ਚ ਵੀ ਸਾਰੀਆਂ ਪਾਰਟੀਆਂ ਨੇ ਜਿੰਨੀ ਸਿਆਸਤ ਇਹਨਾਂ ਕੀਤੀ ਆ ਕਾਂਗਰਸੀਆਂ ਨੇ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਮੁਲਾਦਾ ਕੇ ਸਿਰੇ ਦੀ ਇਹਨਾਂ ਨੇ ਸਿਆਸਤ ਕੀਤੀ ਹੈਗੀਆ ਕਾਂਗਰਸੀ ਵੀ ਕਾਲੀਆਂ ਨੂੰ ਨਿੰਦਰੇ ਪਰਦੇ ਰਹਦੇ ਰਹੇ ਕਿ ਨੇ ਟੈਰੋਗੇਸ਼ਨ ਪਰਚੇ ਦਰਜ ਆਈਜੀ ਲੈਵਲ ਦੇ ਅਧਿਕਾਰੀ ਮੁਤਲ ਹੋ ਗਏ ਕਈ ਡਿਸਮਿਸ ਹੋ ਗਏ ਸੁਪ੍ਰਕਾਸ਼ ਸਿੰਘ ਬਾਦਲ ਸੁਭੀ ਸਿੰਘ ਬਾਦਲ ਤਲਬ ਹੋ ਗਏ ਹੁਣ ਸੁਭੀ ਸਿੰਘ ਬਾਦਲ ਫਿਰ ਤਲਬ ਹੋ ਗਿਆ ਕੀ ਫਾਇਦਾ ਹੈ ਕਾਂਗਰਸ ਸਿਆਸਤ ਕਰਦੇ ਰਹੀ 18 ਸੀਟਾਂ ਦੇ ਰਹਿ ਗਈ ਆਮ ਆਦਮੀ ਪਾਰਟੀ ਨੇ ਰਾਜ ਕੇ ਸਿਆਸਤ ਕੀਤੀ ਕਾਲੀਆਂ ਨੂੰ ਵੀ ਭੰਡਿਆ ਇਹਨਾਂ ਨੇ ਕਾਂਗਰਸ ਨੂੰ ਵੀ ਭੰਡਿਆ ਕਿਉਂਕਿ ਇਹਨਾਂ ਕੋਲ ਖਵਾਉਣ ਵਾਸਤੇ ਕੁਝ ਨਹੀਂ ਹੈਗਾ ਜੋ ਵੀ ਕਰਨਾ ਪਉਣਾ ਹੀ ਜੀ ਖਵਾਉਣ ਵਾਸਤੇ ਕੁਝ ਨਹੀਂ ਹੈਗਾ ਸੀ ਹੁਣ ਇਹਨਾਂ ਦੀ ਸਰਕਾਰ ਇਹਨਾਂ 6 ਮਹੀਨੇ ਚ ਕੀ ਕੀਤਾ ਉਹੀ ਤਾਂ ਕੁਮਰ ਵਿਜੇ ਪ੍ਰਤਾਪ ਕਹਿ ਰਿਹਾ ਕਿ 7 ਸਾਲ ਹੋ ਗਏ ਨੇ ਤੇ ਜੇ 7 ਸਾਲ ਤੁਸੀਂ ਕਾਊਂਟ ਕਰਦੇ ਫਿਰ 6 ਮਹੀਨੇ ਵੀ ਆ ਵਿੱਚ ਭਗਵੰਤ ਮਾਨ ਵਾਲੇ ਵੀ 6 ਮਹੀਨੇ ਆ ਗਏ ਨੇ ਔਰ ਉਹਨੇ ਜਦ ਇਹ ਕਿਹਾ ਕਿ ਕਿਵੇਂ ਇੱਕ ਆਈਜੀ ਨੂੰ ਏ ਡੀਜੀਪੀ ਬਣਾਇਆ ਗਿਆ ਐਲਕੇ ਜਾਦਵ ਨੂੰ ਤੇ ਕਿਵੇਂ ਉਹਨਾਂ ਨੇ ਕਿਹਾ ਕਿ ਐਲਕੇ ਜਾਦਵ ਨੇ ਜਦ ਸੁਖਬੀਰ ਸਿੰਘ ਬਾਦਲ ਨੂੰ ਕੁਐਸਚਨਿੰਗ ਕੀਤੀ ਕਹਿੰਦੇ ਕਿ ਉਹਨਾਂ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਚਾਹ ਪਕੌੜੇ ਖਵਾ ਕੇ ਤੇ ਭੇਜ ਦਿੱਤਾ ਤੇ ਸੁਖਬੀਰ ਸਿੰਘ ਬਾਦਲ ਆ ਕੇ ਬਾਹਰ ਕਹਿੰਦੇ ਮੈਨੂੰ ਧਮਕੀਆਂ ਦਿੰਦੇ ਆਗੇ ਕਿ ਜਦ ਸਾਡੀ ਸਰਕਾਰ ਆਏਗੀ ਤੇ ਕੁਮਰਵਰ ਵਿਜੇ ਪ੍ਰਤਾਪ ਨੂੰ ਦੇਖਾਂਗੇ ਇਹ ਅੱਜ ਔਨ ਰਿਕਾਰਡ ਹੈ ਇਹ ਵਿਧਾਨ ਸਭਾ 'ਚ ਰਿਕਾਰਡ ਬਿਆਨ ਦਰਜ ਹੋ ਗਨੇ ਕੁਮਰਵਰ ਵਿਜੇ ਪ੍ਰਤਾਪ ਤੇ ਪਰ ਮਿਲਦਾ ਇਹਨਾਂ ਦੀ ਸਰਕਾਰ ਕਮਲੀ ਆ ਇਨਾਂ ਨੇ ਇੰਨਾ ਰੌਲਾ ਪਾ ਕੇ ਤੁਹਾਡਾ ਇੱਕ ਐਮਐਲਏ ਕਹਿ ਰਿਹਾ ਕਿ ਮੈਨੂੰ ਧਮਕੀ ਦਿੱਤੀ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਤੁਸੀਂ ਉੱਥੇ ਮਤਾ ਪ ਲੈ ਕੇ ਆਓ ਤੁਸੀਂ ਹਾਊਸ ਦੀ ਇੱਕ ਕਮੇਟੀ ਬਣਾਓ ਕਿ ਸੁਭੀਸ਼ਿੰਗ ਬਾਦਲ ਨੇ ਧਮਕਾਇਆ ਬਣਾਓ ਸਾਝੀ ਹੈ ਕਿ ਕਮੇਟੀ ਬਣਾਓ ਵੀ ਤੁਹਾਡੇ ਇੱਕ ਕੁਮਰ ਵਿਜੇ ਪ੍ਰਤਾਪ ਨੂੰ ਇੱਕ ਕੋਈ ਪੁਲਿਸ ਆਫੀਸਰ ਨਹੀਂ ਹੈਗਾ ਜੇ ਇੱਕ ਆਮ ਆਦੀ ਪਾਰਟੀ ਤੋਂ ਚੋਣ ਜਿੱਤਿਆ ਹੋਇਆ ਬੰਦਾ ਪਾਰਟੀ ਦਾ ਐਮਐਲਏ ਹੋਰ ਪਾਰਟੀ ਦਾ ਐਮਐਲਏ ਅਗਰ ਇਹ ਕਹਿ ਰਿਹਾ ਕਿ ਮੈਨੂੰ ਸੁਭੀਸ਼ਿੰਗ ਬਾਦਲ ਨੇ ਥ੍ਰੈਟ ਕੀਤੀ ਹੈ ਕਿ ਵੇਖ ਲਾਂਗੇ ਤੇ ਜੇ ਤੁਸੀਂ ਬਾਕੀ 10 ਵਿਧਾਇਕਾਂ ਦੀ ਸ਼ਿਕਾਇਤ ਲੈ ਕੇ ਚੱਲੇ ਜੇ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਤੇ ਸੀਤਲ ਅੰਗਰਾਲ ਕਹਿੰਦਾ ਕਿ ਮੈਨੂੰ ਜਾਨੋ ਮਾਰਨ ਦੀ ਧਮਕੀ ਆਈ ਹੈ ਤੁਸੀਂ ਉਹ ਤੇ ਪਰਚਾ ਦਰਜ ਕਰਵਾਤਾ ਇੱਕ ਤਾਂ ਡਾ ਮੀਐਲ ਕਹਿ ਰਿਹਾ ਕਿ ਮੈਂ ਗੁਰੂ ਸਾਹਿਬ ਦੀ ਬੇਦਬੀ ਵਾਲੀ ਮਸਲੇ ਦੀ ਜਾਂਚ ਕੀਤੀ ਮੈਨੂੰ ਧਮਕੀ ਦਿੱਤੀ ਜਾ ਰਹੀ ਹੈ ਉਹ ਸਬੀ ਸਿੰਘ ਬਾਦਲ ਨੂੰ ਚਾਹ ਪਕੌੜੇ ਖਵਾ ਕੇ ਬਾਹਰ ਭੇਜ ਦਿੱਤਾ ਗਿਆ ਤੇ ਤੁਸੀਂ ਉਹਦੇ ਰੋਲੇ ਦੇ ਵਿੱਚ ਉਹਦੀ ਗੱਲ ਨਹੀਂ ਸੁਣੀ ਕਿਉਂਕਿ ਉਹਨਾਂ ਨੂੰ ਲੱਗਾ ਸਰਕਾਰ ਨੂੰ ਕਿ ਕੁਮਰਜੀ ਪ੍ਰਤਾਪ ਆਪ ਅਕਾਲੀਆਦੂ ਵੀ ਖੜਕਾਊਗਾ ਕਾਂਗਰਸ ਉਹ ਵੀ ਖੜਕਾਊਗਾ ਖੜਕਾਇਆ ਉਹਨੇ ਪਰ ਛੱਡੂਗਾ ਆਪਾਂ ਨੂੰ ਛੱਡ ਦੂਗਾ ਪਰ ਉਹ ਬੰਦਾ ਇਮਾਨਦਾਰ ਹੈ ਵੀ ਉਹਨੇ ਤੇ 7 ਸਾਲ ਗਿਣਾਉਣੇ ਵੀ 7 ਸਾਲ ਹੋ ਗਏ ਨੇ ਅਜੇ ਤੱਕ ਇਨਸਾਫ ਕੀ ਮਿਲਿਆ ਤੇ ਉਹਦੇ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਬੇਦਬੀ ਦੇ ਮਸਲੇ ਦੇ ਵਿੱਚ ਜਿੰਨਾ ਉਹ ਸੰਜੀਦਗੀ ਦਿਖਾ ਰਹੇ ਨੇ ਜਿੰਨਾ ਉਹ ਗੰਭੀਰਤਾ ਦੇ ਨਾਲ ਉਹ ਮਸਲੇ ਠਾ ਰਹੇ ਨੇ ਉਹਨੇ ਤੇ 116 ਜਿਹੜੇ ਐਮਐਲਏ ਨੇ ਜਿਹੜੇ ਪੰਜਾਬ ਦੇ ਨੇ ਉਹ ਤੇ ਚੁੱਪ ਕਰਕੇ ਬੈਠੇ ਨੇ ਦੇਖੋ ਕਿੱਥੋਂ ਆਇਆ ਕੁਮਰਜੀ ਪ੍ਰਤਾਪ ਐ ਬੰਦਾ ਬਾਹਰੋਂ ਬਾਹਰ ਦਾ ਬੰਦਾ ਸਿੱਖ ਧਰਮ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ Hindu ਪਰਿਵਾਰ ਦੇ ਵਿੱਚ ਜੰਮਿਆ Rajput ਘਰਾਣੇ ਦੇ ਵਿੱਚ ਜੰਮਿਆ IPS ਕਲੀਅਰ ਕੀਤੀ 1998 ਦੇ ਵਿੱਚ ਉਹਨਾਂ ਨੂੰ IPS ਕਾਰਡਰ ਪੰਜਾਬ ਮਿਲ ਜਾਂਦਾ ਪੰਜਾਬ ਚੋਂ 22-23 ਸਾਲ ਨੌਕਰੀ ਕਰਦੇ ਨੇ IG ਤੋਂ ਅਸਤੀਫਾ ਦੇ ਦਿੰਦੇ ਆਗੇ ਨੇ ਪਾਰਟੀ ਦੇ ਵਿੱਚ ਜੁਆਇਨ ਹੋ ਜਾਂਦੇ ਨੇ ਤੇ ਪਾਰਟੀ ਦੇ MLA ਬਣ ਜਾਂਦੇ ਬਾਕੀ ਇੱਕ ਬੰਦੇ ਨੂੰ ਗੁਰੂ ਸਾਹਿਬ ਦੀ ਬੇਦਬੀ ਦਾ ਫਿਕਰ ਆ ਵਿਧਾਨ ਸਭਾ ਦੇ ਵਿੱਚ ਤੇ ਬਾਕੀ 116 ਉਥੇ ਰੌਲਾ ਪਾ ਰਹੇ ਨੇ ਨਾ ਉਹ ਨਾ ਉਹ ਗੁਰੂ ਦਾ ਦਿੰਦੇ ਨੇ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਲੜਨਾ ਚਾਹੀਦਾ ਹੈ ਧਰਮ ਦੀ ਖਾਤਰ ਇਸ ਕਰਕੇ ਮੈਂ ਤਾਂ ਲੜ ਰਿਹਾ ਆਪਣੀ ਡਿਊਟੀ ਤੇ ਨਹੀਂ ਦੇਖੋ ਉਹਨੂੰ ਲੱਗਦਾ ਕਿ ਜਿਹੜੀ ਉਹਨੇ ਹਜੇ IG ਕੰਮ ਕੀਤਾ ਉਹਨੇ ਆਪਣਾ ਦਿੱਤਾ ਹੈਗਾ ਹੁਣ ਕੋਟਾਂ ਦੇ ਵਿੱਚ ਉਹਨਾਂ ਦੀ ਰਿਪੋਰਟਾਂ ਨਜ਼ਰਦਾਜ਼ ਹੋ ਗਈਆਂ ਉਹਨਾਂ ਨੇ ਕੋਰਟ ਨੇ ਬਹੁਤ ਸਾਰੀਆਂ ਉੱਤੇ ਟਿੱਪਣੀਆਂ ਕੀਤੀਆਂ ਨੇ ਪਰ ਵਿਧਾਨ ਸਭਾ ਦੇ ਵਿੱਚ ਉਹ ਆਨ ਰਿਕਾਰਡ ਲੈ ਕੇ ਆਏ ਨਹੀਂ ਗੱਲ ਉਸ ਮਸਲੇ ਦੇ ਆਮ ਆਦੀ ਪਾਰਟੀ ਵਾਲੇ ਵਿਧਾਇਕ ਵੀ ਚੁੱਪ ਕਰਕੇ ਬੈਠ ਗਏ ਕਾਂਗਰਸ ਰੌਲਾ ਪਾ ਰਹੀ ਔਰ ਸਭ ਤੋਂ ਵੱਡੀ ਗੱਲ ਅੱਜ ਕਾਲੀ ਦਲ ਆਲੇ ਨਾਲ ਬਹੁਤ ਮਾੜੀ ਹੋਈ ਇਸ ਰੌਲੇ ਰੱਪੇ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਜਾਂ ਡਿਪਟੀ ਸਪੀਕਰ ਨੇ ਤਿੰਨ ਕਾਲੀ ਦਲ ਵਾਲੇ ਬੈਠੇ ਮਨਪ੍ਰੀਤ ਸਿੰਘ ਯਾਲੀ ਸੁਖਜਿੰਦਰ ਸੁਖਵਿੰਦਰ ਸਿੰਘ ਸੁਖੀ ਤੇ ਬੀਬਾ ਗਨੀਬ ਕੌਰ ਮਜੀਠੀਆ ਉਹਨਾਂ ਨੂੰ ਮੌਕਾ ਨਹੀਂ ਮਿਲਿਆਗਾ ਉਹ ਦੁਖੀ ਹੋ ਕੇ ਜਿਹੜੇ ਡਾਕਟਰ ਬੰਗੇ ਤੋਂ ਸੁਖੀ ਨੇ ਵਿਧਾਇਕ ਉਹਨਾਂ ਕਈ ਵਾਰ ਹੱਥ ਖੜਾ ਕੀਤਾ ਗਿਆ ਪਰ ਉਹਨਾਂ ਨੂੰ ਟਾਈਮਿੰਗ ਨਾਲ ਹਾਰ ਕੇ ਉਹ ਤਿੰਨੇ ਬਾਹਰ ਚਲੇ ਗਏ ਬਸ ਪਾ ਦਾ ਇਸ ਲੜਾਈ ਦੇ ਵਿੱਚ ਕਾਲੀ ਕਾਂਗਰਸੀ ਆਪਸ ਦੇ ਵਿੱਚ ਦਰਾਨੀਆਂ ਜਠਾਨੀਆਂ ਵਾਂਗੂ ਲੜਦੇ ਰਹੇ ਉਹ ਵਿਚਾਰੇ ਨੂੰ ਹਾਰ ਕੇ ਅੱਗੇ ਜਾਣਾ ਪਿਆ ਫਿਰ ਉਹਨੂੰ ਮੌਕਾ ਮਿਲਿਆ ਔਰ ਸਭ ਤੋਂ ਵੱਡੀ ਅੱਜ ਜਿਹੜੇ ਵਿਧਾਨ ਸਭਾ ਦੇ ਵਿੱਚ ਨਾ ਇੱਥੇ ਪੱਗਾਂ ਵੀ ਲੱਤਦੀਆਂ ਰਹੀਆਂ ਲੜਦੇ ਵੀ ਰਹੇ ਨੇ ਪਰ ਅੱਜ ਜਿਹੜੀ ਸ਼ਬਦਾਬਲੀ ਨਾ ਬੜੀ ਮਾੜੀ ਬੋਲੀ ਗਈ ਬੇਸ਼ਰਮ ਚੋਰ ਡਾਕੂ ਬਹੁਤ ਜ਼ਿਆਦਾ ਇਦਾਂ ਦੇ ਸ਼ਬਦਾਵਲੀਆਂ ਉਹ ਸ਼ਬਦਾਵਲੀਆਂ ਇਹਨਾਂ ਚੁਣੇ ਵਿਧਾਇਕਾਂ ਨੂੰ ਗਰੇਜ਼ ਕਰਨਾ ਚਾਹੀਦਾ ਹੈਗਾ ਔਰ ਅੱਜ ਸਪੀਕਰ ਸਾਹਿਬ ਬਹੁਤ ਜ਼ਿਆਦਾ ਤੈਸ਼ ਦੇ ਵਿੱਚ ਆਏ ਇਹਨੇ ਮੈਨੂੰ ਲੱਗਦਾ ਉਹਨਾਂ ਨੂੰ ਵੀ ਆਉਣ ਦੀ ਲੋੜ ਨਹੀਂ ਸੀ ਸਪੀਕਰ ਸਾਹਿਬ ਨੂੰ ਔਰ ਸਭ ਤੋਂ ਵੱਡੀ ਗੱਲ ਕਿ ਆਮ ਆਦਮੀ ਪਾਰਟੀ ਕੋਲ ਜਿਹੜਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਆ ਨਾ ਪ੍ਰੋਪਰ ਜਿਹੜਾ ਹੋਣਾ ਚਾਹੀਦਾ ਉਹ ਨਹੀਂ ਇਹਨਾਂ ਕੋਲ ਹੈਗਾ ਮੈਨੂੰ ਲੱਗਦਾ ਕਿ ਇਹਨਾਂ ਚੋ ਸਾਰੇ ਜੋ ਜਿਹੜਾ ਪਰਫੈਕਟ ਜਿਹੜੇ ਬਤੌਰ ਸੰਸਦੀ ਮਾਮਲਿਆਂ ਮਾਰੇ ਮੰਤਰੀ ਦੀ ਭੂਮਿਕਾ ਨਿਭਾ ਸਕਦੇ ਉਹ ਇਹ ਨੇ ਅਮਨ ਰੋੜਾ ਪਰ ਉਹ ਵੀ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਕਿਉਂਕਿ ਅੱਜ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਆਏ ਮੁੱਖ ਮੰਤਰੀ ਦੇ ਹੁੰਦਿਆਂ ਦੇ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਅੱਗੇ ਚੁੱਪ ਕਰਕੇ ਬੈਠੇ ਹੁੰਦੇ ਕੁਝ ਕੀ ਬਾਕੀਆਂ ਤੇ ਵੀ ਕਿਸੇ ਦਾ ਕੰਟਰੋਲ ਨਹੀਂ ਆਗਾ ਸਪੀਕਰ ਵੀ ਝਿੜਕਦਾ ਡਿਪਟੀ ਸਪੀਕਰ ਵੀ ਝੜਕਦੇ ਅਮਨ ਰੋੜਾ ਵੀ ਭਗਵੰਤ ਮਾਨ ਨੂੰ ਕਹਿ ਰਿਹਾ ਯਾਰ ਆਪਣੇ ਨੂੰ ਤੇ ਚੁੱਪ ਕਰਾ ਲੋ ਮਤਲਬ ਆਪਣੇ ਮੰਤਰੀਆਂ ਦੇ ਵੀ ਜਾਂ ਪਾਰਟ ਮੁੱਖ ਮੰਤਰੀ ਦੇ ਕੈਂਡੇ ਤੋਂ ਬਾਹਰ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਵਿਧਾਇਕਾਂ ਨੂੰ ਸਮਝਾਉਣ ਦੀ ਲੋੜ ਹੈ ਇੱਕ ਤੈਸ਼ ਦੇ ਵਿੱਚ ਬਹੁਤ ਆਉਂਦੇ ਨੇ ਤੇ ਇੱਕ ਇਹਨਾਂ ਚ ਜਿਹੜੀ ਸ਼ੈਨ ਸ਼ੀਲਤਾ ਨਾ ਉਹ ਆਮ ਆਦੀ ਪਾਰਟੀ ਦੇ ਵਿਧਾਇਕਾਂ 'ਚ ਬਹੁਤ ਘੱਟ ਆ ਉਹ ਉਸਤੇ ਵੀ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਮੰਤਨ ਕਰਨਾ ਚਾਹੀਦਾ ਹੈਗਾ ਕਿ ਤੁਸੀਂ ਹੁਣ ਸਰਕਾਰ 'ਚ ਜੇ ਇਹ ਮੈਨੂੰ ਲੱਗਦਾ ਕਿ ਅਸੀਂ ਤਾਂ ਆਮ ਆਦੀ ਪਾਰਟੀ ਨੇ ਆਪਣੇ ਆਪ ਨੂੰ ਵਿਰੋਧੀ ਮੰਨ ਕੇ ਚੱਲ ਰਹੀ ਹੈਗੀ ਆ ਔਰ ਮर्यादा ਇਹ ਵੀ ਨਹੀਂ ਖਿਆਲ ਰੱਖਲੇ ਆਪੋਜੀਸ਼ਨ ਨੇ ਤੇ ਮर्यादा ਦਾ ਜੋ ਖਿਆਲ ਰੱਖਣਾ ਹੀ ਨਹੀਂ ਰੱਖਿਆ ਇਹਨਾਂ ਨੇ ਵੀ ਰੱਖੀ ਮर्याਦਾ ਜਿਹੜਾ ਮਰਜ਼ੀ ਉੱਠ ਕੇ ਬੋਲਣ ਲੱਪੈਂਦਾ ਸੀ ਜਿਹੜਾ ਮੰਤਰੀ ਉੱਠ ਕੇ ਜਿਹੜਾ ਮਰਜ਼ੀ ਨਾਰੇ ਮਾਜੀ ਕਰ ਲਾ ਪੈਂਦਾ ਸੀ ਅਮਨ ਰੂੜਾ ਜਾ ਕੇ ਡਾਕਟਰ ਨਿਜਰ ਨੂੰ ਉਹਨਾਂ ਨੂੰ ਦੱਸ ਰੇ ਲਿਖ ਕੇ ਉਹਨਾਂ ਨੂੰ ਦਿੱਤਾ ਹੈਗਾ ਕਿ ਜਿਨ੍ਹਾਂ ਨੇ ਕਾਂਗਰਸ ਪਾਰਟੀਆਂ ਦੇ ਜਿਹੜੇ ਬੰਦਿਆਂ ਨੇ ਜਿਹੜਾ ਵਿਧਾਇਕਾਂ ਨੇ ਫਲੋਰ ਕਰਾਸ ਕੀਤਾ ਹੈਗਾ ਤੁਸੀਂ ਇੱਕ ਬੋਲ ਕੇ ਆਓ ਰੈਜੂਲੇਸ਼ਨ ਲੈ ਕੇ ਆਓ ਤੁਸੀਂ ਇੱਕ ਮੋਸ਼ਨ ਲੈ ਕੇ ਆਓ ਮੈਨੂੰ ਲੱਗਦਾ ਕਿ ਆਮਾਦੀ ਪਾਰਟੀ ਦੇ ਵਿਧਾਇਕ ਨੂੰ ਇੱਕ ਵਾਰ ਟ੍ਰੇਨਿੰਗ ਕਰ ਦੇਣੀ ਚਾਹੀਦੀ ਹੈ ਲੇਕਿਨ ਕੁੱਲ ਮਿਲਾ ਕੇ ਕਹਿ ਸਕਦੇ ਕਿ ਅੱਜ ਕਾਲੀ ਦਲ ਦੇ 3 ਬਸਪਾ ਦਾ 4 ਤੇ ਇੱਕ ਜਿਹੜੇ ਆਜ਼ਾਦ ਇੰਦਰ ਪ੍ਰਤਾਪ ਸਿੰਘ 5 ਪੰਜਾਂ ਨੂੰ ਬਾਹਰ ਕੱਢ ਦੋ ਮੁੱਖ ਮੰਤਰੀ ਅੱਜ ਬਾਹਰ ਸੀ ਸਪੀਕਰ ਤੇ ਡਿਪਟੀ ਸਪੀਕਰ ਨੂੰ ਬਾਹਰ ਬਾਹਰ ਕੱਢ ਦੋ ਤੇ ਬਾਕੀ ਜਿੰਨੇ ਵੀ ਬੈਠੇ ਨੇ ਮਤਲਬ 92 ਚੋ 3 99 ਆਪ ਵਾਲੇ ਤੇ ਅੱਜ ਮੇਰੇ ਖਿਆਲ 14 ਸੀ ਕਾਂਗਰਸ ਪਾਰਟੀ ਦੇ 99 ਤੇ 14 ਲਾ ਲਓ ਇਹਨਾਂ ਸਾਰਿਆਂ ਨੇ ਅੱਜ ਝਾਲ ਹੀ ਖਲਾਰੀ ਆ ਪੰਜਾਬ ਦੇ ਮਸਲੇ ਤੇ ਗੱਲ ਨਹੀਂ ਹੋਈ ਬੜੀ ਸੋਹਣੀ ਗੱਲ ਹੋ ਸਕਦੀ ਸੀ ਪਰ ਮੈਨੂੰ ਲੱਗਦਾ ਕਿ ਇਹਨਾਂ ਨੇ ਇੱਕ ਦੂਜੇ ਨੂੰ ਸਭਾਏ ਨਿੰਦਣ ਤੋਂ ਪੰਡਣ ਤੋਂ ਇਲਾਵਾ ਕੁਝ ਨਹੀਂ ਕੀਤਾ ਫੌਜਾ ਸਿੰਘ ਸਰਾਰੀ ਤੇ ਕਾਂਗਰਸ ਪਾਰਟੀ ਦੀ ਗਰਾਰੀ ਅੜ ਗਈ ਇਧਰ ਅੜ ਗਈ ਐਸਐਸ ਸਕਾਲਰਸ਼ਿਪ ਤੇ ਬਸ ਇਥੇ ਹੀ ਪੂਰੇ ਘਟੋੜ ਚਾਰ ਪੰਜ ਘੰਟੇ ਅੱਜ ਇਹਨਾਂ ਮਸਲਿਆਂ ਤੇ ਲੱਗਾ ਤੇ ਪੰਜਾਬ ਦਾ ਪੈਸਾ ਮੈਂ ਲਾਜ਼ਮੀ ਤੌਰ ਤੇ ਕਹਿੰਦਾ ਕਿ ਅੱਜ ਦਾ ਦਿਨ ਬਰਬਾਦ ਹੋਇਆ